السلام علیکم دوستوں، کیا حال ہے؟ ٹھیک ہے، طبیعت سے ٹھیک ہے؟ میں ملک انصر، دوسرے دبے یوٹیوب چینل یا فیس بک پیج تھل دا شہزادہ. امید کرنا سارے برا خیر خیریت نال ہوسن. تاں اج دا ولاگ شروع کرنے کافی سارے تھل دے وچ بہت زیادہ گرمی پوندی پئی ہے. بس گرمی دا آئی جڑا سینٹری گریڈ سارے کول تھل دے وچ ہے. تھل من کیرا دے وچ تاں 46 سینٹی گریڈ تے گرمی ہے. تے گرمی اتنی بے تحاشا ہے کہ بس نہ پوچھ والا. تاں سنگھی فون کیتا ہوندا نا، پلیٹاں والا بور ہے تے نال ڈیم بنوائے ਉਹਦੇ ਮੈਂ ਤਾਂ ਪੀਆਂ ਫਿਰ ਵੀ ਚੁਲਾ ਜੁਲਾ ਯਾਰ ਗਰਮੀ ਬਹੁਤ ਜ਼ਿਆਦਾ. ਮੈਂ ਛਾਂ ਛਾਂ ਥੱਲੇ ਲੈ ਜੁਲਾ ਅਤੇ ਇੱਕ ਸੰਗੀ ਫੋਨ ਕੀਤਾ ਕਿ ਬਾਹਰ ਜਾ ਮੈਂ ਡੈਮ ਚਲਾਈ ਖਾਣਾ ਅਤੇ ਨਹਾਉਂਦੇ ਕਾਫੀ ਬਾਏ ਵੀ ਮੈਂ ਨਾਲ ਦੇ ਜਿਹੜੇ ਥੋੜ੍ਹੇ ਜਿਹਾ ਤੋਗਾਂ ਗਏ ਵਧਣ ਅਤੇ ਮੈਂ ਥੋੜ੍ਹਾ ਪਿੱਛਾ ਰਹਿ ਗਿਆ ਉਹਨਾਂ ਨਾਲੋਂ. ਬਸ ਥੋੜ੍ਹੀ ਸਪੀਡ ਲਾ ਕੇ ਉਹਨਾਂ ਦੇ ਨਾਲ ਰਲਦਾ. ਮਾਰਕਾ ਸੰਗੀਆਂ ਨਾਲ ਰਲ ਗਈਆਂ ਕੋਈ 4-5 ਮਹੀਨੇ ਪੈਣ ਅਤੇ ਮੈਂ ਥੋੜ੍ਹਾ ਜਿਹਾ ਲੇਟ ਨਿਕਲਾਂ ਘਰੋਂ ਅਤੇ ਇਹ ਮਲਣ ਵਾਲੀ ਕੀਤੀ ਹੈ. ਕਹਿ ਮਾਰਕਾ ਦਾਵਣ ਆਉਣਾ ਹੋਵੇ ਤਾਂ ਆ ਵਜਾਏ ਹੇ ਇੱਕ ਦੂ ਦਿਹਾੜੇ, ਉਸ ਤੋਂ ਬਾਅਦ ਅਸਾਂ ਮੱਛੀ ਛੋੜਨੀ ਹੋਣੀ. ਮਾਰੋ ਮੈਂ ਤਾਂ ਸਾਹ ਚੜ ਗਈ ਹੈ, ਮੈਂ ਤਾਂ ਸਾਹ ਚੜ ਗਈ ਹੈ ਭਜਾ ਭਜਾ ਅਤੇ ਹੈਂ ਮੈਂ ਕਿ ਮੈਂ ਕੋਈ ਅੱਛਾ ਅੱਛਾ ਪਰ ਕਿ ਸੰਘਿਆ ਨਾਲ ਰਲ ਲੈ ਭਾਵੇਂ ਦੇ ਪੈਣ ਡੈਮ ਦੇ ਤਕਰੀਬਨ 2-3 ਕਿੱਲੇ ਪਿੱਛਾ ਵਧੇ ਡੈਮ ਨਹੀਂ ਤਾਂ ਡੈਮ ਦੇ ਕੋਲ ਵਹਿੰਦੇ ਪੈਣ ਤਾਂ ਡੈਮ ਰੱਖਿਆ ਨੇ ਵੀ ਕਿਤਨਾ ਲੰਬਾ ਕਿਤਨਾ ਚੌੜਾ ਕਿਤਨਾ ਖੁੱਲ੍ਹਾ ਅਤੇ ਇਹ ਇਸ ਸੰਗੀ ਦਾ ਡੈਮ ਜਿਹੜਾ ਇਹ ਵਧਾਵੇ ਭਟਕੇ ਵਾਲਾ. ਠੀਕ ਹੈ ਯਾਰ, ਕੂੜੇ ਗੱਲ ਕੂੜੇ ਕੋਈ ਦਸਾ ਚਵਾ ਹੇ ਡੈਮ ਨਾ ਤੇਰਾ ਹੇ ਕੋਈ ਨਾ ਨਹੀਂ ਹਾਂ ਅਸਾ ਅੱਛਾ ਬਣਾ. ਠੀਕ ਠੀਕ ਹੈ ਬਣਾ ਤਾਂ ਜ਼ਮੀਨ ਚ, ਲੇਕਿਨ ਡੈਮ ਮਾਲਕ ਤੇ ਹੀ ਹੋਇਆ ਨਾ. ਪਲੇਟਾਂ ਸ਼ਲੇਟਾਂ ਇਸੇ ਦੀ ਲੱਗੀਆਂ ਹੋਈਆਂ ਅਤੇ ਅਸਾਂ ਵਹਿੰਦੇ ਪੈਣ ਸ਼ਾਲਾ ਤਕਰੀਬਨ ਇਸ ਕੇ 3 ਦਿਹਾੜੇ ਤੋਂ ਦਾ ਸੰਘ ਦੇ ਵੇ ਲਗਾਤਾਰ ਸਿਮਿੰਗ ਪੂਲ ਦੇ ਉੱਤੇ ਤਾਂ ਵਹਿੰਦੇ ਅਸੀਂ ਤਾਂ 50-50, 60-60 ਰੁਪਏ ਜੰਮ ਗਿੰਦੇ ਹਨ ਅਤੇ ਇਹ ਫ੍ਰੀ ਕੀਤੀ ਵਹਿੰਦਾ. ਠੀਕ ਹੈ ਪਾਣੀ ਵੱਧ ਗਿਆ ਤਾਂ ਵੱਧ ਕੋਨਾ ਦਾਵਾਂ ਦੇਦਾ. ਨਾ ਨਾ ਪਾਣੀ ਕੱਢੇ ਦੇ ਰਾਸੂ ਟੈਨਸ਼ਨ ਨਾ ਗੇ. ਹਾਂ ਉਵੇਂ ਹੁਣ ਬੰਦਾ ਦਾਨਦਾਰ ਆਵੇ ਤੇ ਸ਼ਾਮੀ ਪਾਣੀ ਜ਼ਿਆਦਾ ਹੋਵੇ. ਹਾਂ ਇਹ ਗੱਲ ਹੈ, ਲੇਕਿਨ ਇਸ ਸਭ ਇਤਨੀ ਆਫਰ ਦਿੱਤੀ ਵੀ 3 ਦਿਹਾੜੇ ਤੋਂ ਦਾ ਸੰਗ ਦੇਵੇ. 3 ਦਿਹਾੜੇ ਤੋਂ ਬਾਅਦ ਮੈਂ ਬਈ ਮੱਛੀ ਛੋੜਨੀ ਆਉਣੀ 3 ਦਿਹਾੜੇ ਤੋਂ ਬਾਅਦ 3 ਦਿਹਾੜੇ ਤੁਸੀਂ ਦਾ ਸੰਗ ਦੇਵੇ. ਆਈ ਸਾ ਕੋਈ ਪਹਿਲੇ ਦਿਹਾੜੇ ਅਗਰ ਕੋਈ ਚਾਸ ਜਾਂ ਮਜ਼ਾ ਕੋਈ ਚਾਸ ਆਈ ਸਾ ਕੋਈ ਦਾਵਣ ਦੇ ਤਾਂ ਅਸਾਂ 3 ਦਿਹਾੜੇ ਵਿੱਚ ਦਾਸੂ. ਇਹ ਤਾਂ ਪਹਿਲੀ ਦਿਹਾੜੀ ਅਸਾਂ ਘਰ ਮਾਲਾ ਵਿੱਚੋਂ ਇਹਨੂੰ ਫਿਲਹਾਲ ਤਾਂ ਸਾ ਕੁੱਚਣੇ ਦਾ ਤਾਂ ਹੀਰ ਅਤੇ ਰਾਂਝਾ ਲਈ ਮਣਾ ਅਤੇ ਪਿੱਛੇ ਖਾਣ ਡੈਮ 'ਤੇ ਜਲ ਗਏ ਤਾਂ ਬਸ ਸਾਰੇ ਡੇਢ 'ਤੇ ਹੱਥੋ ਸੀ ਅਤੇ ਬਸ ਕੌਂਡਾ ਲਾ ਲਈ ਸੁੱਤੇ ਪਏ ਉਸ ਇਵੇਂ ਨਾ ਪਿੱਛੇ ਇੱਕਾਂ ਦੇ ਰਿਹਾ ਕੋਈ ਸਿਰ 'ਤੇ ਪਗੜੀਆਂ ਬੰਦੀਆਂ ਜਿਵੇਂ ਖਤਮ ਸ਼ਰੀਫ 'ਤੇ ਮੈਂ ਪੈਣ ਇਹ ਸਾਈ ਪਿਛਲਾ ਕੋਈ ਮਾਖੀ ਲਾਉਣ ਵਾਲਾ ਹੈ ਇਵੇਂ ਨਾ ਲੱਗਦਾ ਤਾਂ ਇਵੇਂ ਬੰਦਾ. ਮਾਰਕਾ ਤੁਸੀਂ ਪਿੱਤੇ ਖਾਂਦੇ ਸੋ ਚੈਨਾ ਵਾਲੇ ਠੀਕ ਹੈ ਸਾਡੇ ਪਾਸੇ ਚੈਨਾ ਵਾਲਾ ਪਿਤਾ ਹੁਣ ਠੀਕ ਹੈ ਖਤਮ ਮੁੱਕਾ ਅਤੇ ਮੈਂ ਤਕਰੀਬਨ ਆਪਣੇ ਇਲਾਕੇ ਦੇ ਵਿੱਚ ਇਹ ਪਹਿਲੀ ਦਫਾ ਇਹਦਾ ਪਿਆ ਜਿਹੜੇ ਪਿੱਤੇ ਠੀਕ ਤਾਂ ਮਾਣ ਦੇ ਉੱਤੇ ਉੜੇ ਪੈਂਦੇ ਰੁਜੈ ਦੇਸੀ ਪਿੱਤਾ ਤਾਂ ਕੋਈ ਚੈੱਕ ਕਰਾਵਾਂ. ਇੱਕ ਤਾਂ ਹੁਣ ਬੰਦਾ ਵਿੱਚ ਨਹੀਂ ਵਹਿੰਦਾ ਕਿਉਂਕਿ ਪਰਾਏ ਪਿੱਤੇ ਨੇ ਅਤੇ ਵੱਧ ਆਕਸਨ ਵੀ ਕੋਈ ਵਿੱਚ ਪਟੈਂਦਾ ਰਹੀ ਹੈ. ਠੀਕ ਹੈ ਮਾਸ਼ਾ ਅੱਲਾ ਪਿੱਤੇ ਚੈੱਕ ਕਰੋ ਕੋਈ ਚੈਨ ਵਾਲਾ ਪਿੱਤਾ ਨਹੀਂ. ਠੀਕ ਹੈ ਪਲੀਆਂ ਟਿੱਬੇ ਉੱਤੇ ਸਿਰਫ ਇੱਕ ਇਹਦੇ 'ਚ ਮਕਸਦ ਹੈ ਵੀ ਥਾਏ ਕਿਉਂ ਪੈਣ ਉਹ ਥੋਕ ਮਕਸਦ ਸ਼ਾਇਦ ਦਿਸ ਗਿਆ ਹੋ ਸੀ ਜਿਸ ਮਕਸਦ ਉੱਤੇ ਇਹ ਪਿੱਤੇ ਜੰਮੇ ਪੈਣ, ਲੇਕਿਨ ਇੱਥੇ ਪਿੱਤੇ ਮੈਂ ਤਾਂ ਆਖਸਾਂ ਬਈ ਭਾਵੇਂ ਪਾਣੀ ਲਾ ਨਾਥੀ ਸਨ. ਠੀਕ ਹੈ ਮਕਸਦ ਦਿੱਤਾ ਨਾ ਉਹਨਾਂ ਦੀ ਵਾਲਦਾ ਦਾ ਜਿਹਨਾਂ ਦਾ ਰਕਬਾ ਨਾ ਉਹਨਾਂ ਦੀ ਵਾਲਦਾ ਦੀ ਕਬਰ ਵਿੱਚ ਮੈਂ ਕੋਈ ਇਸੇ ਮਕਸਦ 'ਤੇ ਲੱਗਦੀ ਹੈ ਕਿ ਇਹ ਇਸ ਮਕਸਦ 'ਤੇ ਪਿੱਤੇ ਤਾਂ ਪੈਣ, ਲੇਕਿਨ ਪਿੱਤੇ ਇੱਥੇ ਡੇਗ ਨੂੰ ਪਾਣੀ ਇੱਥੇ ਕਿੱਥੇ ਲੱਗਦਾ ਪਾਣੀ ਸਿਰੋਂ ਤਾਂ ਆਉਂਦਾ ਹੀ ਨਹੀਂ. ਦਾਦੀ ਉੱਠੀ ਕੇ ਪਾਣੀ ਨਹੀਂ ਲੈਂਦੀ, ਚਿਵਰ ਲਾ ਜਾਂਦਾ ਵੀ ਦਾਦੀ ਉੱਠੀ ਕੇ ਪਾਣੀ ਲੈਂਦੀ ਹੈ. ਇੱਥੇ ਪਾਣੀ ਆ ਵੀ ਨਹੀਂ ਸਕਦਾ ਯਾਰ, ਵਹਿੰਦੇ 'ਚ ਪਾਇਆ ਤਾਂ ਪਤਾ ਲੱਗ ਗਿਆ ਸੀ ਇੱਥੋਂ ਵਹਿੰਦੇ 'ਚ ਪਾਏ ਵੇ ਇੱਥੋਂ ਵਹਿੰਦੇ 'ਚ ਪਾਏ ਵੇ ਡੈਮ ਕਿਹੋ ਜਿਹੇ ਦੇਖਣ. ਇਹ ਬਸ ਮਾਰ ਕਾਖੀ ਥਾਤਰੀ ਵੇ ਚੜ ਗਏ, ਇਹ ਚੜ੍ਹਦੇ ਪਏ ਉਹ ਖਤਾ. ਅੱਲਾ ਖੈਰ ਓਏ ਚੱਸ ਆ ਗਈ ਸੁਣਾ ਓਏ. ਮਾਰਕਾ ਮੰਜਾ ਵੜ ਗਏ ਡੈਮੇਜ ਬੋਰ ਵਾਲਾ ਬੰਦ ਥੀ ਗਈ, ਇੱਕ ਦਫਾ ਇੱਕ ਦਫਾ ਬੰਦ ਤੇ ਵੱਧ ਇੱਕ ਦਫਾ ਥੀ ਗਈ. ਦੇਖੋ ਛੋਰ ਵੜੇ ਹੋਏ ਅੱਗੇ ਡੈਮ ਚੈੱਕ ਕਰੋ ਮਾਸ਼ਾ ਅੱਲਾ. ਮਾਰਕਾ ਪਾਣੀ ਚੈੱਕ ਕਰੋ ਮਾਸ਼ਾ ਅੱਲਾ ਬੋਰ ਦਾ. ਇਹ ਮਾਰਕਾ ਫੂਕਣੇ ਬਣਾ ਦੇਖਣਾ ਇਹ ਹੋਰ ਲੱਗਦੀ ਕਰਿਆ ਵਰਗੀ ਸਰਦੀ ਤੇ ਨੀ ਲੱਗਣ ਲੱਗ ਗਈ ਨਾ ਪਾਣੀ ਇਤਨਾ ਠੰਡਾ ਹੈ. ਇਹ ਡੈਮ ਦਾ ਪਾਣੀ ਤਾਂ ਥੋੜਾ ਗਰਮ ਆਈ, ਲੇਕਿਨ ਜਿਹੜਾ ਪਾਣੀ ਇਸ ਸਾਈਡ ਦਾ ਇਹਨਾਂ ਬੋਰ ਦਾ ਇਤਨਾ ਠੰਡਾ ਹੈ ਕਿ ਬਸ ਇਵੇਂ ਹੁਣ ਸਰਦੀ ਲੱਗੀ ਕਿਹੜੀ ਥੜਕ ਦੇਖਣੇ ਫੁੱਲ
چس آئی آج مزہ آئے خدا دی قسم بڑا مزہ آئے دوستو دھا شاہ کے کپڑے بہ پا کے دمی تے ڈیرے دا فون آیا کہ جلدی جلدی آ ہیڈ ویسٹر سورے مکھی تے لگا کھڑے تے تو آن والی کر گھر میں کانا ودا تے مار کا وینا پیا سورے مکھی کڈھاونی ہے تقریباً ہن نو کنالا جڑی ہالے ڈھکی پی باقی ہی سی لیکن فی الحال نو کنالا ڈھکیا پی جڑی سائڈ تے تھوڑی تے وینا پیا تھوڑی کھین ہیڈ ویسٹر دی کتنی نکل دے کے حساب کتاب ہے تے ہیڈ ویسٹر گیا کھڑا اتھائی ہیڈ ویسٹر تقریباً میرے کول ہی کھڑا رہندا اپنی دکان دے تو وہ بندے گئے کھڑے کڈواون تو وہدا پہ تھو کری کھینا ماحول شور وعلیکم السلام آر سا آیا سا 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 سر 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 جی سر کیا حال ہے سر ٹھیک ٹھاک طبیعت سے ٹھیک ہے ہر کا ہیڈ ویسٹر دے کول اپڑ گیا میں تو پہلے لگا کھڑا آئی ٹھیک ہے کیونکہ انہیں نال کافی وقفی ہے تے ایک تا اپنے بندے تو ابا کانی آیا انہاں آٹومیٹک لا رہی تو رقبے دا پتہ انہاں انہاں کہ فلانی جات ہے انہاں آ کے ٹریک لا رہی تھی چھوٹا براہ نال ودا ہے تب بھی کھڑے ارے آن تو پہلے کٹ چھوڑی مار کہیں یہ پل پہ نہیں سائڈ دے تو بس کٹ کے ہوں وہدے پہ گھر وائیں کے سٹے سو ان شاء اللہ اگو مسئلہ ہے صرف جگہ دا جگہ پہ خراب رکھ چڑھتی کدی نہیں چڑھتی فی الحال تو اتوں وہدی پی لیکن اگو شاہ جڑی بہت زیادہ اچھی ہے بہت زیادہ اچھی ہے دیکھنا کیا بنتا ہے اللہ تو خیر مارکا سورے مکھی کٹ کی دی ہے میں ارلی سائڈ تے کھنڈا بھی رکھی ہے ٹھیک ہے تے ہیڈ ویسٹر ہی سائیں کھڑا دیتا میں ہیڈ ویسٹر میں چھٹی دے رہی تھی میں کہ ونجوں تساں میں جانے تے میرا کام جانے کہ کڈواونی ہو تے رابطہ کر گنا ہے تے میں کڈ دساں ٹینشن نو پرابلم